ਨਹੀਂ ਗੱਲ ਨਹੀਂ ਕਰਾਂ, ਮੈਨੂੰ ਮੈਨੂੰ ਲਾਓ ਤਾਂ ਸੁਣਨ ਨੂੰ ਤਾਂ ਦੇ ਦਿਓ, 2 ਮਿੰਟ ਅੱਛਾ ਅੱਛਾ ਦੇ ਕੀ ਕਰਦਾ ਹੁਣ, 2 ਮਿੰਟ ਤੁਹਾਨੂੰ ਮੈਂ ਮੁਕਾ ਦੂੰ। ਬਾਬਾ ਬਨਵਾਸ ਸਿੰਘ ਦੀ ਮੈਂ ਇਹਨੂੰ ਦੱਸਿਆ ਬਈ, ਮੈਂ ਉਹ ਫਾਇਰ ਪ੍ਰੈਸਰ ਸਕੂਲ ਕਦੋਂ ਲਿਆ ਸੀ, 5 ਚ 6 ਚ ਲਿਆ ਸੀ, 6 ਤੋਂ ਬਾਅਦ 6 ਤੱਕ ਮੇਰੇ ਕੋਲ ਕੋਈ ਪੈਸਾ ਨਹੀਂ ਸੀਗਾ, ਮੇਰੇ ਘਰ ਦੇ ਵਿੱਚ ਸਿਰਫ $1.5 ਲੱਖ ਸੀ ਡਾਊਨ, ਬਾਕੀ ਸਾਰਾ ਕਰਜ਼ਾ ਸੀ। ਅੱਛਾ, ਅੱਜ ਸੇਵਾ ਦੀ ਬਦੌਲਤ ਮਤਲਬ $2.5 ਮਿਲੀਅਨ ਦੀ ਇਕੁਇਟੀ ਪਈ ਹੈਗੀ ਆ ਸਾਰੀਆਂ ਪ੍ਰੋਪਰਟੀਆਂ ਦੇ ਵਿੱਚ, ਜੇ ਅੱਜ ਮੈਂ ਵੇਚਦੇ ਹਾਂ ਮਤਲਬ $2.5 ਮਿਲੀਅਨ ਦੇ ਉੱਤੇ ਟੈਕਸ ਲੱਗੂਗਾ। ਤੇ ਇਹ ਮੈਨੂੰ ਕਹੀ ਜਾਂਦੀ ਆ ਵੀ ਸਕੂਲ ਨੇ ਤੈਨੂੰ ਕੀ ਦੇਤਾ, ਸਕੂਲ ਨੇ ਤੈਨੂੰ ਕੀ ਦੇਤਾ। ਫਿਰ ਸੁਣੋ ਮੇਰੀ ਬੇਨਤੀ ਭੈਣ ਜੀ, ਇੱਕ ਮਿੰਟ ਸੁਣੋ, ਫਿਰ ਇਹ ਮਾਲਕ ਸਾਹਿਬ ਦੇ ਉੱਤੇ ਤਵਾ ਲਾਉਂਦੀ ਹੈਗੀ ਆ, ਫਿਰ ਇਹ ਕਹਿੰਦੀ ਆ ਅੱਗ ਲੱਗ ਜਾ ਤੇਰੇ ਸਕੂਲ, ਮਤਲਬ ਇੱਦਾਂ ਦੀਆਂ ਨਾ ਪਾਖਿਆ ਕਰਦੀ ਆ, ਅੱਗੇ 2 ਵਾਰੀ ਉੱਥੇ ਲੱਗ ਚੁੱਕੀ ਆ ਮਾਲਕ। ਮਾਲਕ ਸਾਹਿਬ ਜਿੱਦਣ ਜਿੱਦਣ ਜੇਲ੍ਹ ਚੋਂ ਨਿਕਲੇ ਆ, ਕਿੰਨੀ ਸੀ ਉਹਨਾਂ ਕੋਲ ਫਾਈਨ ਦੇਣਾ ਸੀਗਾ ਗਵਰਨਮੈਂਟ, ਮਤਲਬ ਓਨੇ ਸੀਗੇ ਜਿੰਨੇ ਦੇਣੇ, ਜਿੰਨੇ ਦੇਣੇ ਸੀਗੇ, ਤੇ ਉਦੋਂ ਬਾਅਦ ਕਿੰਨਾ ਇੰਟਰਸਟ ਪੇ ਕਰਤਾ, ਇੰਟਰਸਟ ਪੇ ਕਰਕੇ ਵੀ $4 ਮਿਲੀਅਨ ਬਚ ਗਿਆ, ਸਾਰਾ ਕੁਛ ਫ੍ਰੀ ਹੋ ਗਿਆ, ਸਭ ਕੁਛ ਫ੍ਰੀ ਹੋ ਗਿਆ। ਇਹ ਦੇਖੋ ਸੇਵਾ ਕਰਦੇ ਨੇ, ਕੁਛ ਤਾਂ